ਸਤਿ ਸ਼੍ਰੀ ਅਕਾਲ ਜੀ, ਮੈਂ ਰੂਮਾ ਤੁਹਾਡਾ ਬਹੁਤ ਸਵਾਗਤ ਕਰਦੀ ਹਾਂ। ਔਰ ਸਾਡੇ ਨਾਲ ਨੇ ਅੱਜ ਵੇਖ ਬਰਾਤਿਆਂ ਚੱਲੀਆਂ ਦੀ ਲੀਡ ਐਕਟਰੈਸ ਕਵਿਤਾ ਕੌਸ਼ਿਕ ਔਰ ਸਾਡੇ ਪੰਜਾਬੀ ਇੰਡਸਟਰੀ ਦੇ ਲੈਜੈਂਡਰੀ ਡਾਇਰੈਕਟਰ ਕਸ਼ਸ਼ਿਤਜ ਚੌਧਰੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕਵਿਤਾ, ਪੰਜਾਬੀ ਫਿਲਮ ਦੇ ਨਾਲ ਆਪਣਾ ਡੈਬਿਊ ਕਰਕੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਅਰੇ ਇਕਦਮ, ਜਿਸੇ ਪੰਜਾਬੀਓ ਕਾ ਫੇਵਰੇਟ ਹੈ ਨਾ ਕਿ ਬੱਲੇ ਬੱਲੇ ਅਤੇ ਸ਼ਾਵਾ ਸ਼ਾਵਾ, ਉਹੀ ਫੀਲਿੰਗ ਮੇਰੇ ਦਿਲ ਵਿੱਚ ਹੁਣ ਜੋ ਹੈ ਨਾ ਉਛਲ ਰਹੀ ਹੈ। ਇਕਦਮ ਮਜ਼ਾ ਆ ਗਿਆ, ਐਕਸਾਈਟਮੈਂਟ ਬਹੁਤ ਹੈ ਔਰ ਬੜੀਆ ਡਾਇਰੈਕਟਰ, ਇੱਕ ਕੇ ਬਾਅਦ ਇੱਕ ਇਹਨਾਂ ਨੇ ਹਿੱਟ ਫਿਲਮਾਂ ਦੀਆਂ, ਤੋ ਬਸ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ। ਸਰ, ਵੇਖ ਬਰਾਤਾਂ ਚੱਲੀਆਂ ਇੱਕ ਬਹੁਤ ਡਿਫਰੈਂਟ ਕਨਸੈਪਟ ਹੈ ਜਿੱਥੇ ਤੁਸੀਂ ਕੰਮ ਕੀਤਾ, ਇਸ ਕਨਸੈਪਟ ਬਾਰੇ ਕਿੱਦਾਂ ਸੋਚਿਆ ਗਿਆ ਔਰ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਿਆ ਬਈ ਵੇਖ ਬਰਾਤਾਂ ਚੱਲੀਆਂ ਜਿਹੜਾ ਕਿ ਤੁਸੀਂ ਇਹ 'ਚ ਮਾਂਗਲਿਕ ਦਾ ਇੱਕੋ ਸੋਲਿਊਸ਼ਨ ਦੱਸਿਆ ਕਿ ਕੁੱਤੇ ਦੇ ਨਾਲ ਵਿਆਹ ਕਰਾਤਾ, ਕਿਤੇ ਨਾ ਕਿਤੇ ਲੋਕ ਇਹਨੂੰ ਫਿਲੌਰੀ ਦੇ ਨਾਲ ਕੰਪੇਅਰ ਕਰਨਗੇ। ਫਿਲੌਰੀ 'ਚ ਮਾਂਗਲਿਕ ਕਾਰਨ ਪੇੜ ਦੇ ਨਾਲ ਵਿਆਹ ਕਰਾਇਆ ਸੀ, ਇਹਦੇ 'ਚ ਕੁੱਤੇ ਦੇ ਨਾਲ ਕਰਾਤਾ, ਕੀ ਡਿਫਰੈਂਟ ਇਹਦੇ 'ਚ, ਕੀ ਕਿਉਂ ਇੱਦਾਂ ਦੇ? ਦੇਖੋ, ਜਿਹੜਾ ਕਨਸੈਪਟ ਹੈ ਨਾ ਮਾਂਗਲੀ ਕਲਾ, ਇਹ ਬਹੁਤ ਚੱਲਦਾ ਆ ਰਿਹਾ, ਆਮ ਹੀ ਹੈ ਨਾ, ਲੋਕ ਪੀਪਲ ਦੇ ਨਾਲ ਵਿਆਹ ਕਰਾਉਣਾ ਜਾਂ ਹੋਰ ਵੀ ਕਈ ਇਸ ਤਰ੍ਹਾਂ ਦੇ ਉਪਾਅ ਕਰਦੇ ਨੇ। ਫਲੋਰੀ ਦਾ ਤਾਂ ਮੈਂ ਟ੍ਰੇਲਰ ਹੀ ਦੇਖਿਆ ਸੀਗਾ ਸਿੱਧਾ ਹੀ, ਮੈਨੂੰ ਨਹੀਂ ਸੀ ਆਈਡੀਆ, ਇੱਕ ਹੋਰ ਵੀ ਫਿਲਮ ਆ ਰਹੀ ਹੈ ਹੁਣ ਟੋਇਲਟ ਇੱਕ ਪ੍ਰੇਮ ਕਥਾ, ਉਹਦੇ 'ਚ ਮੱਝ ਨਾਲ ਵਿਆਹ ਦਿਖਾਇਆ ਹੋਇਆ, ਤਾਂ ਕਨਸੈਪਟ ਤਾਂ ਉਹੀ ਹੁੰਦੇ ਨੇ, ਟ੍ਰੀਟਮੈਂਟ ਹੈ ਇੱਕ ਹਰ ਬੰਦੇ ਦਾ ਆਪਣਾ, ਕਿਸ ਤਰ੍ਹਾਂ ਉਹਨੂੰ ਟ੍ਰੀਟ ਕਰਦੇ ਹਾਂ ਅਸੀਂ, ਇੰਸਪਾਇਰਡ ਨਹੀਂ ਹੈ ਕਿਸੇ ਵੀ ਫਿਲਮ ਤੋਂ ਇਹ। ਹਾਂ, ਫਲੋਰੀ ਦਾ ਤਾਂ ਟ੍ਰੇਲਰ ਵੀ ਨਹੀਂ ਸੀ ਆਇਆ ਜਦੋਂ ਫਿਲਮ, ਕਿਉਂਕਿ ਇਹਨੂੰ ਸਟੋਰੀ ਨੂੰ ਲਿਖਦੇ ਵੀ ਸਾਨੂੰ 1.5 ਸਾਲ ਲੱਗਿਆ, ਮੈਨੂੰ ਅਤੇ ਮੇਰੇ ਰਾਈਟਰ ਨੂੰ। ਹਾਂਜੀ, ਤਾਂ ਹਾਂ, ਇਸ ਜਗ੍ਹਾ ਕਿਤੇ ਪੜ੍ਹਦੇ ਰਹਿੰਦੇ ਸੀਗੇ, ਇੱਕ ਗੂਗਲ ਦੇ ਉੱਤੇ ਨਾ ਮੈਂ ਇੱਕ ਫੋਟੋ ਦੇਖੀ, ਇੱਕ ਬੰਦੇ ਦਾ ਕੁੱਤੇ ਦੇ ਨਾਲ ਵਿਆਹ ਹੋ ਰਿਹਾ, ਐਕਚੁਅਲੀ ਉੱਥੋਂ ਆਈਡੀਆ ਆਇਆ ਸੀਗਾ। ਅੱਛਾ, ਬਾਕੀ ਕਾਮੇਡੀ ਫਿਲਮਾਂ ਤੋਂ ਹਟ ਕੇ ਕੀ ਦੇਖਣ ਨੂੰ ਮਿਲੇਗਾ ਇਹਦੇ 'ਚ, ਕੀ ਕਾਮੇਡੀ ਫਿਲਮਾਂ ਦੇ ਲਈ, ਕਿਉਂਕਿ ਬੜੀ ਸਾਰੀ ਪੰਜਾਬੀ ਕਾਮੇਡੀ ਫਿਲਮਾਂ ਤਾਂ ਆਉਂਦੀਆਂ ਰਹਿੰਦੀਆਂ, ਸਾਨੂੰ ਇਹਦੇ 'ਚ ਕੀ ਦੇਖਣ ਅਲੱਗ ਤੋਂ ਕੀ ਦੇਖਣ ਨੂੰ ਮਿਲੇਗਾ? ਜਿਵੇਂ ਤੁਸੀਂ ਟ੍ਰੇਲਰ ਦੇਖਿਆ ਹੀ ਹੋਏਗਾ, ਮੈਨੂੰ ਸਾਰੇ ਹੀ ਕਹਿ ਰਹੇ ਨੇ ਇਸ ਤੋਂ ਪਹਿਲੇ ਵੀ, ਜੇ ਮੈਂ ਇੰਟਰਵਿਊ ਕਦੇ ਕੀਤੀ, ਕਿ ਤੁਹਾਡਾ ਟ੍ਰੇਲਰ ਹੀ ਬੜਾ ਡਿਫਰੈਂਟ ਲੱਗਦਾ ਦੇਖਣ ਨੂੰ। ਇੱਕ ਤਾਂ ਇਹਦੇ 'ਚ ਪਹਿਲੀ ਪੰਜਾਬੀ ਫਿਲਮ ਹੈ ਜਿਹਦੇ 'ਚ ਅਸੀਂ ਹਰਿਆਣਵੀ ਲੈਂਗੁਏਜ ਯੂਜ਼ ਕੀਤੀ ਹੈ ਔਰ ਬੋਲੀਵੁੱਡ ਅਤੇ ਬੋਲੀਵੁੱਡ ਦੇ ਐਕਟਰਸ ਨੇ ਫਿਲਮ ਦੇ ਵਿੱਚ, ਅਤੇ ਆਹ ਕਨਸੈਪਟ ਜਿਹੜਾ ਹੈ ਕੁੰਡਲੀਆਂ ਵਾਲਾ, ਇਹ ਵੀ ਨਵਾਂ ਹੈਗਾ, ਅਤੇ ਦੋਨੋਂ ਕਲਚਰ ਤੁਹਾਨੂੰ ਦੇਖਣ ਨੂੰ ਮਿਲਣਗੇ, ਤਾਂ ਜਿਵੇਂ ਟ੍ਰੇਲਰ ਤੋਂ ਵੀ ਲੱਗਦਾ ਕਿ ਫਿਲਮ ਹੈ ਡਿਫਰੈਂਟ ਹੈ। ਬਾਕੀ ਪਰਸਨ ਨੂੰ ਫਿਲਮ ਆ ਹੀ ਰਹੀ ਹੈ 28 ਨੂੰ। ਹਾਂਜੀ, ਵੇਖ ਬਰਾਤਾਂ ਚੱਲੀਆਂ 'ਚ ਕਵਿਤਾ, ਆਪਣੇ ਜਿਹੜਾ ਤੁਹਾਡਾ ਕੈਰੇਕਟਰ ਹੈ ਸਰਲਾ ਦਾ, ਉਹਦੇ ਬਾਰੇ ਕੁਝ ਦੱਸੋ ਸਾਨੂੰ। ਸਰਲਾ ਇੱਕ ਭਰਪੂਰ, ਜਿਸਕੋ ਕਹੇਂਗੇ ਨਾ ਕਿ ਇੰਡੀਅਨ ਲੜਕੀ ਹੈ, ਜੈਸੇ ਇੰਡੀਅਨ ਲੜਕੀਓ ਕੇ ਸੰਸਕਾਰ ਹੋਤੇ ਹੈ, ਜੈਸੇ ਵੋ ਡੀਪ ਰੂਟਡ ਹੋਤੀ ਹੈ ਆਪਣੀ ਫੈਮਿਲੀ ਸੇ, ਇਮੋਸ਼ਨਲ ਹੋਤੀ ਹੈ, ਔਰ ਲੜਕੀਆਂ ਹਿੰਦੁਸਤਾਨੀ ਲੜਕੀਆਂ ਆਪਣੇ ਡੈਡੀ ਕੇ ਬੜੇ ਕਰੀਬ ਹੋਤੀ ਹੈ। ਹਰ ਘਰ ਮੇਂ ਮੈਂ ਕਹੂੰਗੀ ਇੱਕ ਸਰਲਾ ਹੈ। ਆਪ ਵੀ ਯੂ ਨੋ, ਲੜਕੀਆਂ ਜੋ ਵਰਕਿੰਗ ਵਿਮੈਨ ਹੈ, ਬਾਹਰ ਕਾਮ ਕਰਤੀ ਹੈ, ਮਰਦੋਂ ਕੀ ਦੁਨੀਆ ਮੇਂ ਮੁਸ਼ਕਿਲ ਹੋਤਾ ਹੈ ਬੜਾ, ਲੇਕਿਨ ਜੈਸੇ ਬਾਹਰ ਅੱਖੜ ਜੋ ਆਪਣੇ ਟ੍ਰੇਲਰ ਮੇਂ ਦੇਖਾ ਕਿ ਕੋਈ ਨੌਨਸੈਂਸ ਬਰਦਾਸ਼ਤ ਨਹੀਂ ਕਰਤੀ, ਲੜ ਪੜਤੀ ਹੈ ਕੋਈ ਬਦਤਮੀਜ਼ੀ ਕਰੇ ਤੋ, ਲੇਕਿਨ ਘਰ ਪੇ ਵਹੀ ਇੱਕ ਘਰ ਕਾ ਬੱਚਾ ਹੈ, ਮਤਲਬ ਮੰਮੀ ਡੈਡੀ ਕੀ ਆਂਖੋਂ ਕਾ ਤਾਰਾ ਹੈ, ਔਰ ਇਹ ਜਾਣਤੇ ਹੋਏ ਕਿ ਸਹੀ ਕਿਆ ਹੈ ਗਲਤ ਕਿਆ ਹੈ, ਵੋ ਫੈਮਲੀ ਕੇ ਸਾਥ ਜੁੜੀ ਰਹਤੀ ਹੈ, ਇਹ ਹਰ ਹਿੰਦੁਸਤਾਨੀ ਲੜਕੀ ਹੈ, ਇਸ ਲਈ ਸਰਲਾ ਕੇ ਸਾਥ ਹਰ ਹਿੰਦੁਸਤਾਨੀ ਲੜਕੀ ਰਿਲੇਟ ਕਰੇਗੀ। ਆਪਣੇ ਜਿਹੜਾ ਤੁਹਾਡਾ ਬਹੁਤ ਲੈਜੈਂਡਰੀ ਕੈਰੇਕਟਰ ਰਿਹਾ ਐੱਫ ਆਈ ਆਰ ਦਾ, ਚੰਦਰਮੁਖੀ ਚੌਟਾਲਾ, ਉਹਦੇ ਨਾਲ ਸਰਲਾ ਨੂੰ ਕਿਸ ਹੱਦ ਤੱਕ ਜੋੜ ਕੇ ਦੇਖਦੇ ਹੋ? ਦੇਖੀ, ਉਸਕੀ ਵਜ੍ਹਾ ਸੇ ਤੋ ਐਕਚੁਅਲੀ ਮੇਰੇ ਕੋ ਇਹ ਫਿਲਮ ਮਿਲੀ ਹੈ, ਤੋ ਥੈਂਕਸ ਟੂ ਐੱਫ ਆਈ ਆਰ ਐਂਡ ਚੰਦਰਮੁਖੀ ਚੌਟਾਲਾ, ਬਿਕੋਜ਼ ਕਸ਼ਸ਼ਿਤਜ ਜੀ ਵੀ ਦੇਖਨੇ ਆਏ ਉਸ ਸ਼ੋ ਕੋ, ਤੋ ਜਬ ਇਹ ਕਹਾਣੀ ਇਨ ਲੋਗੋਂ ਨੇ ਬਣਾਈ ਔਰ ਲਿਖੀ, ਤੋ ਯਹੀ ਇਹਨਾਂ ਨੇ ਬਤਾਇਆ ਕਿ ਇਨਕੇ ਮਨ ਮੇਂ ਪਹਿਲਾ ਨਾਮ ਵਹੀ ਆਇਆ ਕਿ ਚੰਦਰਮੁਖੀ ਚੌਟਾਲਾ ਕੋ ਹਮ ਲੇਂਗੇ, ਲੇਕਿਨ ਫਾਈਟ ਇਸ ਮੇਂ ਸਭਸੇ ਬੜੀ ਇਹ ਥੀ ਉਨਕੇ ਲੀਏ ਵੀ ਔਰ ਮੇਰੇ ਲੀਏ ਵੀ, ਕਿਉਂਕਿ ਇਹ ਡਾਇਰੈਕਟਰ ਹੈ, ਇਹ ਆਪਣੀ ਹੀਰੋਇਨ ਕੋ ਜੈਸੇ ਦਰਸਾਏਂਗੇ, ਤੋ ਵੋ ਡਾਇਰੈਕਟਰ ਕਾ ਕਾਮ ਹੋਤਾ ਹੈ, ਯੂ ਨੋ। ਇਨਕੇ ਲੀਏ ਯਹੀ ਥਾ ਸਭਸੇ ਬੜਾ ਚੈਲੇਂਜ ਕਿ ਚੰਦਰਮੁਖੀ ਨਹੀਂ ਦਿਖਣੀ ਚਾਹੀਏ ਵੇਖ ਬਰਾਤਾਂ ਚੱਲੀਆਂ ਮੈਂ, ਸਰਲਾ ਆਉਣੀ ਚਾਹੀਏ, ਔਰ ਮੇਰੇ ਲੀਏ ਵੀ ਐਜ਼ ਐਨ ਐਕਟਰ ਇਹ ਬਹੁਤ ਬੜੀ ਫਾਈਟ ਥੀ ਕਿ ਆਡੀਅੰਸ ਕੋ ਇਹ ਨਹੀਂ ਲੱਗਣਾ ਚਾਹੀਏ ਕਿ ਅਰੇ ਹਾਂ ਹਮਨੇ ਚੌਟਾਲਾ ਕੋ ਦੇਖਾ, ਨਾ, ਜੋ ਆਡੀਅੰਸ ਚੌਟਾਲਾ ਕੋ ਦੇਖਣੇ ਆ ਰਹੀ ਹੈ ਵੋ ਆਏ, ਲੇਕਿਨ ਸਰਲਾ ਸੇ ਪਿਆਰ ਕਰਕੇ ਨਿਕਲੇ ਵੋ ਸਰਲਾ ਕੋ ਆਪਣੇ ਦਿਲ ਮੇਂ ਬਸਾ ਕੇ, ਤੋ ਆਈ ਥਿੰਕ ਵੋ ਕਾਫੀ ਹੱਦ ਤੱਕ ਹਮਨੇ ਅਚੀਵ ਕੀਆ, ਕਿਉਂਕਿ ਸ਼ੂਟ ਕੇ ਲਾਸਟ ਦਿਨ ਮੁਝੇ ਨਹੀਂ ਪਤਾ ਕਿ ਹੈਰੀ ਸਰ ਕੋ ਕਿਆ ਫੀਲ ਹੋ ਰਹਾ ਥਾ, ਲੇਕਿਨ ਮੁਝੇ ਤੋ ਸਰਲਾ ਸੇ ਦੂਰ ਹੋਤੇ ਹੋਏ ਦੁੱਖ ਹੋ ਰਹਾ ਥਾ, ਔਰ ਮੁਝੇ ਅਫਸੋਸ ਥਾ ਕਿ ਅਰੇ ਮਤਲਬ ਅਬ ਮੈਂ ਸਰਲਾ ਸੇ ਨਹੀਂ ਮਿਲ ਪਾਊਂਗੀ, ਮਤਲਬ ਮੈਂ ਉਸ ਕੈਰੇਕਟਰ ਕੋ ਨਹੀਂ ਜੀਊਂਗੀ, ਮੇਰੇ ਦਿਲ ਮੇਂ ਸਰਲਾ ਬਸ ਚੁੱਕੀ ਥੀ, ਆਈ ਹੋਪ ਆਡੀਅੰਸ ਕੇ ਦਿਲ ਮੇਂ ਵੀ ਬਸ ਜਾਏ।
ਕਸ਼ਿਤਿਜ ਜੀ, ਤਨੂ ਵੈਡਸ ਮਾਨੂ 'ਚ ਜਿਹੜਾ ਤਨੂ ਦਾ ਕੈਰੈਕਟਰ ਸੀ ਕੰਗਨਾ ਰਣੌਤ ਨੇ ਕੀਤਾ, ਉਹ ਬਹੁਤ ਫੇਮਸ ਹੋਇਆ ਹਰਿਆਣਵੀ ਕੈਰੈਕਟਰ, ਕਿਤੇ ਨਾ ਕਿਤੇ ਜਦੋਂ ਤੁਸੀਂ ਇਸ ਮੂਵੀ ਬਾਰੇ ਸੋਚਿਆ, ਸਕ੍ਰਿਪਟ ਬਾਰੇ, ਤੁਹਾਨੂੰ ਸਟੋਰੀ ਜਿਹੜੀ ਤੁਸੀਂ ਕੀਤੀ ਡਿਸਾਈਡ, ਉਸ ਤੋਂ ਬਾਅਦ ਇੱਕਦਮ ਮਾਇੰਡ 'ਚ ਕਵਿਤਾ ਹੀ ਕਿਉਂ ਆਈ, ਕੋਈ ਹੋਰ ਕਿਉਂ ਨਹੀਂ? ਜਦਕਿ ਤੁਸੀਂ ਕਵਿਤਾ ਨੇ ਹੁਣੇ ਦੱਸਿਆ ਕਿ ਚੰਦਰਮੁਖੀ ਤੋਂ ਹਟ ਕੇ ਕੈਰੈਕਟਰ ਹੈ, ਚੰਦਰਮੁਖੀ ਤੋਂ ਡਿਫਰੈਂਟ ਹੈ, ਫਿਰ ਵਾਏ ਕਵਿਤਾ ਓਨਲੀ? ਤੁਸੀਂ ਜਿਹੜਾ ਤੈਨੂੰ ਵੇਟਸ ਮੈਨੂੰ ਵਾਲਾ ਪੁੱਛਿਆ, ਉਹ ਮੈਨੂੰ ਕਰੈਕਟਰ ਬਹੁਤ ਵਧੀਆ ਲੱਗਿਆ ਸੀਗਾ, ਸ਼ਾਇਦ ਹਰਿਆਣਵੀ ਵਾਲਾ ਆਈਡੀਆ ਵੀ ਮੇਰੇ ਮਾਇੰਡ 'ਚ ਇੱਥੋਂ ਜ਼ਿਆਦਾ ਕਲਿੱਕ ਕੀਤਾ ਸੀਗਾ। ਕੰਗਨਾ ਨੇ ਬਹੁਤ ਵਧੀਆ ਰੋਲ ਕੀਤਾ ਸੀਗਾ, ਹੈ ਨਾ, ਉਹਦਾ ਉਹ ਡਾਇਲੋਗ ਸੀ ਸ਼ਾਹਰੁਖ ਖਾਨ ਸਮਝੇ ਆਪਣੇ ਆਪ ਕੋ, ਤਾਂ ਮੈਨੂੰ ਲੱਗਦਾ ਜੇ ਪੰਜਾਬੀ 'ਚ ਲੈ ਕੇ ਆਊਂਗਾ ਤਾਂ ਸਿਰਫ ਕਵਿਤਾ ਹੀ ਕਰ ਸਕਦੀ ਉਸ ਤਰ੍ਹਾਂ ਦਾ ਐਟੀਚਿਊਡ ਵਾਲਾ ਰੋਲ। ਇਹਨਾਂ ਨੂੰ ਦੇਖਿਆ ਸੀਗਾ FIR ਦੇ ਵਿੱਚ, ਤਾਂ ਮਤਲਬ ਮੈਨੂੰ ਇੱਕ ਜਿਸ ਤਰ੍ਹਾਂ ਦਾ ਕਰੈਕਟਰ ਚਾਹੀਦਾ ਸੀਗਾ, ਬਾਡੀ ਲੈਂਗੁਏਜ ਉੱਦਾਂ ਦੀ, ਪਰਸਨੈਲਿਟੀ ਉਹ ਜਾਟ ਨਹੀਂ ਲੱਗੇ, ਹੈ ਨਾ, ਸਰੀਰ ਤੋਂ ਵੀ ਲੱਗੇ, ਹਾਈਟ ਅੱਛੀ ਹੋਵੇ, ਫੇਸ 'ਤੇ ਰੋਬ ਹੋਵੇ, ਤਾਂ ਉਹ ਇਹੀ ਸੀ ਕਵਿਤਾ ਕੌਸ਼ਿਕ ਹੀ ਸੀ। ਉਹ ਪ੍ਰੋਡਿਊਸਰਸ ਨੂੰ ਵੀ ਜਦੋਂ ਮੈਂ ਦੱਸਿਆ ਕਿ ਮੇਰੇ ਮਾਇੰਡ 'ਚ ਹੈ, ਰਾਈਟਰ ਨੂੰ, ਤਾਂ ਸਾਰਿਆਂ ਨੇ ਇੱਕਦਮ ਸਟੈਂਪ ਲਾ ਦਿੱਤੀ ਕਵਿਤਾ ਕੌਸ਼ਿਕ। ਕਵਿਤਾ, ਇਸ ਫਿਲਮ 'ਚ ਸਭ ਤੋਂ ਫੇਵਰੇਟ ਤੁਹਾਡਾ ਜਿਹੜਾ ਡਾਇਲੋਗ ਹੈ, ਕੋਈ ਵੀ ਹਰਿਆਣਵੀ ਡਾਇਲੋਗ ਬੋਲ ਕੇ ਸੁਣਾ ਦਿਓ। ਵੈਸੇ ਤੋ ਇੱਕ ਬੜਾ ਪਾਪੂਲਰ ਹੋ ਰਿਹਾ ਹੈ ਜੋ ਹੈਰੀ ਸਰ ਕਾ ਵੀ ਫੇਵਰੇਟ ਹੈ, ਸਭੀ ਕਾ ਫੇਵਰੇਟ ਹੋਤਾ ਜਾ ਰਿਹਾ ਹੈ, ਉਹ ਤਾਂ ਵਹੀ ਹੈ, ਰੇ ਉਤਨੀ ਕੇ ਸਵਾਰੀ ਚੜ੍ਹੀ ਨਹੀਂ ਤੈਨੇ ਬਸ ਭਗਾ ਲਈ, ਰੇ ਸਵਾਰੀ ਸੇ ਤੋ ਥਾਰੀ ਬਸ ਹੈ, ਨਹੀਂ ਤੋ ਨਹੀਂ ਰੱਖੋ ਕਾਸ ਹੈ। ਲੇਕਿਨ ਇਸ ਕੇ ਇਲਾਵਾ ਇੱਕ ਮੁਝੇ ਔਰ ਬੜਾ ਪਿਆਰਾ ਲਗਾ ਹੈ, ਕਿਉਂਕਿ ਉਸ ਮੇਂ ਇੱਕ ਵਹੀ ਸਰਲਾ ਬਾਹਰ ਆਤੀ ਹੈ, ਔਰ ਵੋ ਯੇ ਹੈ ਕਿ ਕਿਆ ਹੈ ਨਾ ਕਿ ਚੰਦਰਮੁਖੀ ਬਿਨਾਂ ਦੇਖੇ ਆਓ ਦੇਖੇ ਨਾ ਤਾਓ ਝਾਂਪੜ ਲਗਾ ਦੇਤੀ ਥੀ, ਵੋ ਕਿਸੀ ਕੋ ਵੀ ਮਾਰ ਦੇਤੀ ਥੀ, ਲੇਕਿਨ ਸਰਲਾ ਬੜੀ ਕੰਪੋਜ਼ਡ ਹੈ, ਸਰਲਾ ਕੋ ਪਤਾ ਹੈ ਮੈਨੇ ਕਹਾਂ ਲੜਨਾ ਹੈ, ਮੈਨੇ ਕਿਸ ਚੀਜ਼ ਕੇ ਅਗੇਂਸਟ ਖੜੇ ਹੋਣਾ ਹੈ, ਕਿਸ ਕੇ ਨਹੀਂ। ਤੋ ਇੱਕ ਸੀਨ ਹੈ ਜਹਾਂ ਪੇ ਸਰਲਾ ਆਪਣੀ ਫਰੈਂਡ ਕੇ ਸਾਥ ਖੜੀ ਹੈ, ਔਰ ਵੋ ਫਰੈਂਡ ਉਸਕੋ ਕਹਤੀ ਹੈ ਕਿ ਬਾਵਲੀ ਟ੍ਰਾਂਸਪੋਰਟ ਵਾਪਸ ਆ, ਹਾਂ, ਕਿ ਵੋ ਦੇਖੋ ਬਸ ਨਾ ਬਾਵਲੀ ਟ੍ਰਾਂਸਪੋਰਟ, ਵੋ ਸਭ ਕੇ ਡਾਇਲੋਗ ਬੜੇ ਅੱਛੇ ਹੈ ਕਿ ਉਹ ਵਾਪਸ ਆ ਰਹੀ ਹੈ ਬਸ, ਤੋ ਇਨਕਾ ਨਾ ਇੱਕ ਦਿਨ ਪਹਿਲੇ ਪੰਗਾ ਹੁਆ ਹੋਤਾ ਹੈ ਬਸ ਵਾਲੋਂ ਸੇ, ਤੋ ਸਰਲਾ ਕਹਤੀ ਹੈ ਸਰਲਾ ਡਾਂਗੀ ਨਾਮ ਸੇ ਮਹਾਰਾ, ਆਜ ਜੇ ਕੋਈ ਬਦਤਮੀਜ਼ੀ ਕਰੀ ਨਾ ਤੋ ਡਾਂਗ ਮਾਰ ਕੇ ਬਸ ਕਾ ਸਿੱਸਾ ਤੋੜ ਦੂੰਗੀ। ਤੋ ਇਸ ਮੇਂ ਨਾ ਉਸਕਾ ਵੋ ਕੈਰੈਕਟਰ ਬਾਹਰ ਨਿਕਲਤਾ ਹੈ ਕਿ ਰੋਜ਼ ਰੋਜ਼ ਨਹੀਂ ਕਰਤੀ ਹੈ, ਉਸਕੇ ਅੰਦਰ ਰੌਬ ਵੀ ਹੈ, ਤੋ ਉਸਕੇ ਅੰਦਰ ਇੱਕ ਜੋ ਹੈ ਨਾ ਇੱਕ ਵੋ ਕੰਪੋਜ਼ਡ ਵੀ ਹੈ, ਜੈਸੇ ਮੈਨੇ ਕਹਾ ਬਿਲਕੁਲ ਵੋ ਲੜਕੀ ਹੈ, ਹਿੰਦੁਸਤਾਨੀ ਲੜਕੀ ਹੈ, ਬੜੀ ਪਿਆਰੀ ਹੈ। ਓਕੇ ਕਸ਼ਿਤਿਜ ਜੀ, ਪੰਜਾਬੀ ਇੰਡਸਟਰੀ ਨੂੰ, ਬਾਲੀਵੁੱਡ ਇੰਡਸਟਰੀ ਨੂੰ ਇੰਨੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ ਇਹ ਜਿਹੜਾ ਡਿਫਰੈਂਟ ਕਨਸੈਪਟ 'ਤੇ ਤੁਸੀਂ ਕੰਮ ਕੀਤਾ, ਵੇਖ ਬਰਾਤਾਂ ਚੱਲੀਆਂ, ਇਹ ਮੂਵੀ ਬਣਾਈ ਤੁਸੀਂ, ਕੀ ਤੁਹਾਨੂੰ ਇਹਦੇ 'ਚ ਹਟ ਕੇ ਐਕਸਪੀਰੀਅੰਸ ਰਿਹਾ, ਜਾਂ ਕੀ ਤੁਸੀਂ ਸ਼ੇਅਰ ਕਰਨਾ ਚਾਹੋਗੇ ਇਸ ਮੂਵੀ ਬਾਰੇ ਕਿ ਬਾਕੀ ਮੂਵੀਆਂ ਤੋਂ ਹਟ ਕੇ ਕਿੱਦਾਂ ਤੁਹਾਨੂੰ ਇਹਦੇ 'ਚ ਫੀਲ ਹੋਇਆ? ਇੱਕ ਤਾਂ ਇਹਦੇ ਵਿੱਚ ਮਜ਼ਾ ਆਇਆ, ਇੱਕ ਜਿਹੜਾ ਨਵਾਂ ਐਕਸਪੀਰੀਅੰਸ ਸੀਗਾ ਡਾਇਰੈਕਟ ਕਰਨ ਦਾ, ਮੈਂ ਕੁੱਤੇ ਨੂੰ ਵੀ ਡਾਇਰੈਕਟ ਕੀਤਾ, ਹੈ ਨਾ, ਜਾਨਵਰ ਡਾਇਰੈਕਟ, ਐਕਟਰਸ ਦੇ ਨਾਲ ਨਾਲ ਇੱਕ ਉਹਨੂੰ ਡੋਗੀ ਨੂੰ ਡਾਇਰੈਕਟ ਕੀਤਾ, ਉਹ ਬੜਾ ਵਧੀਆ ਐਕਸਪੀਰੀਅੰਸ ਸੀਗਾ, ਕਿਉਂਕਿ ਉਹਦਾ ਬਹੁਤ ਇੰਪੋਰਟੈਂਟ ਰੋਲ ਹੈ, ਜਿੰਨਾ ਕੁ ਬਾਕੀ ਐਕਟਰਸ ਦਾ ਉਨਾ ਇੰਪੋਰਟੈਂਟ ਉਹਦਾ ਵੀ ਰੋਲ ਹੈ। ਮਤਲਬ ਫਿਲਮ ਦੇ ਵਿੱਚ ਇੱਕ ਹੀਰੋਇਨ ਉਹ ਵੀ ਹੈ, ਉਹ ਵਿਲਨ ਦਾ ਕੰਮ ਵੀ ਕਰਦੀ ਹੈ ਵਿੱਚ। ਚੌਧਰੀ ਸਾਹਿਬ, ਉਹ ਹੀਰੋਇਨ ਜ਼ਿਆਦਾ ਬਲਕਿ ਨਖਰੇ ਵਾਲੀ ਥੀ, ਹਮ ਲੋਕ ਰੈਡੀ ਹੋ ਬੈਠੇ ਹੋ ਭੂਕੇ ਹੋ ਤੋ ਵੀ ਇਹ ਹੋਤਾ ਥਾ, ਨਹੀਂ ਨਹੀਂ ਕਾਮ ਜ਼ਰਾ ਫਿਨਿਸ਼ ਕਰ ਲੇ, ਸਨਲਾਈਟ ਜਾਣੇ ਵਾਲੀ ਹੈ। ਲੇਕਿਨ ਉਹ ਜੋ ਡੋਗੀ ਥੀ, ਉਸਕਾ ਇੱਕ ਵਜੇ ਉਸਨੇ ਖਾਣਾ ਖਾਣਾ ਹੈ ਤੋ ਖਾਣਾ ਖਾਣਾ ਹੈ, ਉਸਨੇ ਰੈਸਟ ਕਰਨਾ ਹੈ ਤੋ ਪੂਰੀ ਯੂਨਿਟ ਵੇਟ ਕਰੇਗੀ ਕਿ ਨਹੀਂ ਜੀ ਉਸਨੇ ਰੈਸਟ ਕਰਨਾ ਹੈ, ਉਸਕਾ ਟਾਈਮ ਹੈ, ਕਿਉਂਕਿ ਵੋ ਸ਼ਡਿਊਲ ਕੇ ਅਕੋਰਡਿੰਗ ਚਲਤੀ ਹੈ, ਹਮ ਤੋ ਫਿਰ ਵੀ ਯੂ ਨੋ ਮਜ਼ਦੂਰ ਹੈ। ਦਰੀਨ ਲੋਗੋ ਨੇ ਸਟਾਰਡਮ ਨਹੀਂ ਦਿਖਾਇਆ, ਉਸਨੇ ਪੂਰਾ ਦਿਖਾਇਆ, ਉਹਦਾ ਸਟਾਰਡਮ ਸੀਗਾ। ਕਸ਼ਿਤਿਜ ਜੀ, ਜਦੋਂ ਤੁਹਾਡੇ ਮਾਇੰਡ 'ਚ ਕਾਸਟਿੰਗ ਬਾਰੇ ਆਇਆ, ਕਵਿਤਾ ਕੌਸ਼ਿਕ ਦੇ ਓਪੋਜ਼ਿਟ ਤੁਸੀਂ ਬਿੰਨੂ ਢਿੱਲੋਂ ਨੂੰ ਲੈਣਾ, ਇਹ ਕਿੱਦਾਂ ਮਾਇੰਡ 'ਚ ਕਲਿੱਕ ਕੀਤਾ, ਔਰ ਉਹਨਾਂ ਦਾ ਕੀ ਰੋਲ ਹੈ ਇਹਦੇ 'ਚ? ਬਿਨੂ ਢਿੱਲੋਂ ਜੀ ਪਹਿਲੇ ਹੋ ਗਏ ਸੀਗੇ ਜੀ ਫਾਈਨਲ ਫਿਲਮ ਦੇ ਵਿੱਚ, ਹਾਂਜੀ, ਉਹਨਾਂ ਨੂੰ ਪਹਿਲੇ ਕਰ ਲਿਆ ਸੀਗਾ ਕਾਸਟ, ਕਿਉਂਕਿ ਇੱਦਾਂ ਦਾ ਜਿਹੜਾ ਕਨਸੈਪਟ ਸੀਗਾ ਇੱਕ ਵਰਸੇਟਾਈਲ ਐਕਟਰ ਹੀ ਕਰ ਸਕਦਾ ਸੀਗਾ, ਅਤੇ ਜੋ ਸਾਰਾ ਸਾਨੂੰ ਸਾਡੇ ਪ੍ਰੋਡਿਊਸਰਸ ਨੂੰ ਰਾਈਟਰ ਨੂੰ ਮੈਨੂੰ ਜੋ ਲੱਗਿਆ ਵੀ ਬਿਨੂ ਭਾਅ ਜੀ ਹੀ ਇਹਨੂੰ ਬੈਸਟ ਕਰ ਸਕਦੇ ਨੇ, ਕਿਉਂਕਿ ਇਹਦੇ ਸ਼ੇਡਸ ਬਹੁਤ ਜ਼ਿਆਦਾ ਸੀਗੇ, ਤੁਸੀਂ ਇੱਕ ਨਵਾਂ ਰੂਪ ਦੇਖੋਗੇ ਬਿਨੂ ਭਾਅ ਜੀ ਦਾ ਫਿਲਮ ਦੇ ਵਿੱਚ, ਅੱਜ ਤੱਕ ਤੁਸੀਂ ਉਹਨਾਂ ਨੂੰ ਪੰਚ ਮਾਰਦੇ ਆ ਕੋਮੇਡੀ ਕਰਦੇ ਜ਼ਿਆਦਾ ਦੇਖਿਆ, ਇੱਕ ਸੰਜੀਦਗੀ ਵਾਲਾ ਰੋਲ ਵੀ ਉਹਨਾਂ ਨੇ ਕੀਤਾ ਫਿਲਮ ਦੇ ਵਿੱਚ, ਔਰ ਟ੍ਰੇਲਰ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਟਿਪੀਕਲ ਜਿਵੇਂ ਹਰ ਫਿਲਮ 'ਚ ਕਰਦੇ ਸੀਗੇ, ਉੱਦਾਂ ਦੇ ਫਿਲਮ 'ਚ ਨਹੀਂ ਲੱਗ ਰਹੇ, ਨਾ ਜਸਵਿੰਦਰ ਭੱਲਾ ਸਾਹਿਬ ਇਸ ਤਰ੍ਹਾਂ ਦੇ ਲੱਗ ਰਹੇ ਨੇ, ਅਤੇ ਕਿਉਂਕਿ ਮੇਰੀ ਵੀ ਕੋਸ਼ਿਸ਼ ਸੀਗੀ ਕਿ ਇਹਨਾਂ ਨੂੰ ਹੁਣ ਵੱਖਰੇ ਉਹਦੇ 'ਚ ਲੈ ਕੇ ਆਵਾਂ ਮੈਂ, ਤਾਂ ਕਿ ਲੋਕਾਂ ਨੂੰ ਐਂ ਲੱਗੇ ਵੀ ਆਲਰੇਡੀ ਦੇਖਿਆ ਹੈ, ਕਿਉਂਕਿ ਇਕੱਠੇ ਫਿਲਮਾਂ ਪਹਿਲੇ ਆ ਚੁੱਕੀਆਂ ਸੀ ਇਹਨਾਂ ਦੀਆਂ, ਮੇਰੇ ਨਾਲ ਹੀ 3 ਫਿਲਮਾਂ ਕਰ ਚੁੱਕੇ ਨੇ ਪਹਿਲੇ, ਜੱਟ ਸਿੰਘ ਗੋਲਮਾਲ, ਮਿਸਟਰ ਮਿਸਿਸ 420 'ਚ ਵੀ ਸੀਗੇ, ਤਾਂ ਇਹਦੇ ਸਾਰਾ ਵਿਸ਼ੇ ਤੁਹਾਨੂੰ ਵੱਖਰਾ ਜਿਹਾ ਦੇਖਣ ਨੂੰ ਮਿਲੂਗਾ, ਜਿਵੇਂ ਟ੍ਰੇਲਰ ਤੋਂ ਵੀ ਲੱਗਦਾ ਫਿਲਮ ਦੀ ਲੁੱਕ ਬਹੁਤ ਵੱਖਰੀ ਹੈ, ਟਿਪੀਕਲ ਜਿਵੇਂ ਆਪਾਂ ਪਿੰਡ ਪਹਿਲਾਂ ਦਿਖਾਏ ਹੋਏ ਨੇ ਉਹ ਨਹੀਂ ਹੈਗੇ ਨੇ, ਲੈਂਗੁਏਜ ਵੱਖਰੀ ਹੈ, ਫਿਲਮ ਦਾ ਮਿਊਜ਼ਿਕ ਬਹੁਤ ਵਧੀਆ, ਅਤੇ ਅਮਰਿੰਦਰ ਗਿੱਲ ਜੀ ਔਰ ਰਣਜੀਤ ਭਾਵਾ ਜੀ ਨੇ ਗੈਸਟ ਐਕਸਪੀਰੀਅੰਸ ਕੀਤੀ, ਔਰ ਅਮਰਿੰਦਰ ਭਾਅ ਜੀ ਨੇ ਹਰਿਆਣਵੀ ਕਰੈਕਟਰ ਕੀਤਾ ਇੱਕ ਸੂਬੇ ਸਿੰਘ ਦਾ, ਬਹੁਤ ਪਿਆਰਾ
ਟ੍ਰੇਲਰ 'ਚ ਵੀ ਲੋਕਾਂ ਨੇ ਬਹੁਤ ਲਾਈਕ ਕੀਤਾ ਉਹਨੂੰ, ਅਤੇ ਰਣਜੀਤ ਬਾਬਾ ਇਹਦੇ 'ਚ ਵੀਨੂ ਅਤੇ ਭੱਲਾ ਸਾਹਿਬ ਦੋਨਾਂ ਦੀ ਲੈਗ ਪੁਲਿੰਗ ਕਰਦਾ, ਉਹਨਾਂ ਦੀ ਕਲਾਸ ਲਗਾ ਕੇ ਰੱਖਦਾ ਫਿਲਮ ਦੇ ਵਿੱਚ, ਜਿਵੇਂ ਬਾਕੀ ਫਿਲਮਾਂ 'ਚ ਇਹ ਲਗਾਉਂਦੇ ਸੀਗੇ ਹੀਰੋ ਦੀ, ਇੱਥੇ ਹੀਰੋ ਦੋਨਾਂ ਦੀ ਕਲਾਸ ਲਗਾ ਰਿਹਾ। ਕਵਿਤਾ, ਫਿਲਮ ਦੇ ਟ੍ਰੇਲਰ ਨੂੰ ਤਾਂ ਆਲਰੇਡੀ ਦਰਸ਼ਕ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ, ਇਨ ਬਿਟਵੀਨ ਪੰਜਾਬੀ ਹੋਰ ਕਿਸੇ ਫਿਲਮ ਦੀ ਔਫਰ ਤੁਹਾਨੂੰ ਆਈ ਹੋਵੇ ਜਾਂ ਤੁਸੀਂ ਸੋਚ ਰਹੇ ਹੋ ਕਿ ਮੈਂ ਕਰਨੀ ਹੈ ਹੁਣ ਪੰਜਾਬੀ ਫਿਲਮਾਂ? ਅਫਕੋਰਸ ਮੁਝੇ ਪੰਜਾਬੀ ਫਿਲਮੇ ਕਰਨੀ ਹੈ, ਕਿਉਂਕਿ ਜਬ ਮੈਂ ਐਫ ਆਈ ਆਰ ਕਰ ਰਹੀ ਥੀ ਮੁਝੇ ਤਬ ਵੀ ਪੰਜਾਬੀ ਫਿਲਮੋਂ ਕੇ ਔਫਰ ਆਤੇ ਥੇ, ਪਰ ਟਾਈਮ ਨਹੀਂ ਹੋਤਾ ਥਾ, ਟਾਈਮ ਕੀ ਕਮੀ ਹੈ, ਆਪ ਲੋਗੋਂ ਕੋ ਪਤਾ ਹੈ, ਆਪ ਲੋਗੋਂ ਨੇ ਸੁਣੀ ਹੋਗੀ ਕਹਾਣੀਆਂ ਕਿ ਟੀ ਵੀ ਸੀਰੀਅਲ ਕੀ ਹੀਰੋਇਨੇ ਸੈੱਟ ਪੇ ਬੇਹੋਸ਼ ਹੋ ਜਾਤੀ ਹੈ, 18-18 ਘੰਟੇ ਸ਼ੂਟਿੰਗ ਕਰਨੀ ਹੋਤੀ ਹੈ ਮਹੀਨੇ ਕੇ 30-30 ਦਿਨ, ਕਿਉਂਕਿ ਟੈਲੀਕਾਸਟ ਜਾਣਾ ਹੋਤਾ ਹੈ। ਤੋ ਉਸ ਦੌਰਾਨ ਨਾ ਬੜੇ ਅੱਛੇ ਔਫਰ ਆਤੇ ਥੇ, ਨਾ ਸਿਰਫ ਪੰਜਾਬੀ ਫਿਲਮੋਂ ਸੇ, ਇਨਫੈਕਟ ਮਰਾਠੀ ਔਰ ਬੰਗਾਲੀ ਹਿੰਦੀ ਫਿਲਮੋਂ ਕੇ ਵੀ ਇੱਕ ਆਧ ਬੜੇ ਇੰਟਰਸਟਿੰਗ ਆਏ, ਲੇਕਿਨ ਆਪ ਉਸ ਸਮੇਂ ਅਗਰ ਲਾਲਚੀ ਹੋ ਕੇ ਇਹ ਸੋਚੋਗੇ ਕਿ ਨਹੀਂ ਬੜੀ ਅੱਛੇ ਅੱਛੇ ਔਫਰ ਆ ਰਹੇ ਔਰ ਆਪ ਆਪਣੀ ਕਸ਼ਤੀ ਕੋ ਛੋੜ ਦੋਗੇ ਨਾ, ਤੋ ਵੋ ਗੱਦਾਰੀ ਹੋਤੀ ਹੈ ਆਪਣੇ ਕਾਮ ਕੇ ਸਾਥ, ਕਿਉਂਕਿ ਪੂਰੀ ਯੂਨਿਟ ਜੁੜੀ ਹੋਤੀ ਹੈ, ਕਈ ਲੋਗੋਂ ਕੇ ਘਰ ਚੱਲ ਰਹੇ ਹੋਤੇ ਹੈ, ਤੋ ਇਹ ਬੜੇ ਨਾ ਮਨ ਮੇਂ ਇੱਕ ਟੀਸ ਸੀ ਰਹਿਤੀ ਥੀ ਕਿ ਯਾਰ ਅੱਛੀ ਕਹਾਣੀਆਂ ਆ ਰਹੀ ਹੈ ਔਰ ਮੈਂ ਲੈ ਨਹੀਂ ਪਾ ਰਹੀ ਹੂੰ। ਤੋ ਅਬ ਵੋ ਮੌਕਾ ਹੈ, ਕਿਉਂਕਿ ਅਬ ਐਫ ਆਈ ਆਰ ਜੋ ਹੈ ਉਸਕੀ ਸ਼ੂਟਿੰਗ ਹਮ ਨਹੀਂ ਕਰਤੇ, ਬੰਦ ਹੋ ਗਿਆ ਹੈ, ਰਿਪੀਟ ਜ਼ਰੂਰ ਆਤੇ ਰਹਤੇ ਹੈ, ਬਟ ਆਈ ਐਮ ਲੁਕਿੰਗ ਫਾਰਵਰਡ ਟੂ ਡੂਇੰਗ ਮੋਰ ਐਂਡ ਮੋਰ ਪੰਜਾਬੀ ਫਿਲਮਸ, ਔਰ ਕਹਾਣੀਆਂ ਬੜੀ ਅੱਛੀ ਹੋਤੀ ਹੈ ਯਹਾਂ ਪੇ, ਕੰਟੈਂਟ ਅੱਛਾ ਹੋਤਾ ਹੈ, ਟੈਲੀਵਿਜ਼ਨ ਪੇ ਤੋ ਆਪ ਦੇਖ ਹੀ ਰਹੇ ਹੋ ਕਿਆ ਕੰਟੈਂਟ ਆ ਰਿਹਾ ਹੈ। ਸੋ ਆਈ ਹੋਪ ਕਿ ਪੰਜਾਬ ਮੁਝੇ ਉਤਨਾ ਹੀ ਪਿਆਰ ਦੇ ਫਿਲਮੋਂ ਮੇਂ ਜਿਤਨਾ ਆਪ ਸਭ ਨੇ ਮੁਝੇ ਟੀ ਵੀ ਪੇ ਦਿਆ ਹੈ, ਔਰ ਮੈਂ ਔਰ ਅੱਛੇ ਅੱਛੇ ਰੋਲਸ ਕਰੂੰ ਔਰ ਪੰਜਾਬੀ ਬੋਲੂੰ। ਆਈ ਐਮ ਲੁਕਿੰਗ ਫਾਰਵਰਡ ਕਿ ਅਬ ਮੈਂ ਠੇਠ ਪੰਜਾਬੀ ਬੋਲੂੰ ਕਿਸੇ ਪਿਕਚਰ ਮੇਂ। ਜਾਂਦੇ ਜਾਂਦੇ ਪੰਜਾਬੀ ਫੈਨਸ ਲਈ ਕੀ ਕਹਿਣਾ ਚਾਹੋਗੇ, ਆਪਣੀ ਮੂਵੀ ਬਾਰੇ ਉਹਨਾਂ ਨੂੰ ਦੱਸ ਦਿਓ ਕਦੋਂ ਰਿਲੀਜ਼ ਹੋ ਰਹੀ ਹੈ? ਔਰ ਤੋ ਬਈ ਸਾਰਿਆਂ ਨੂੰ ਵੇਖ ਬਰਾਤਾਂ ਚੱਲਿਆ ਕਿ ਪੂਰੀ ਟੀਮ ਕੀ ਤਰਫ ਸੇ ਢੇਰ ਸਾਰਾ ਪਿਆਰ, ਔਰ ਸਾਡਾ ਮੈਸੇਜ ਇਹੀ ਹੈ ਕਿ ਸੂਟ ਬੂਟ ਸੋਹਣੇ ਜੇ ਪਾ ਲਓ, ਟਾਈਆਂ ਸ਼ਾਈਆਂ ਕੱਸ ਕੇ ਲਾ ਲਓ, ਆਪਣੇ ਬਾਲਕਾਂ ਨੇ, ਆਪਣੇ ਘਰਵਾਲੋ ਨੇ, ਮੰਮੀ ਡੈਡੀ ਨਾਨਾ ਨਾਨੀ ਚਾਚਾ ਚਾਚੀ ਪੜੋਸੀਓ ਦਾ ਹੱਥ ਪਕੜੋ ਔਰ ਥੀਏਟਰ ਵਿੱਚ ਆ ਜਾਓ ਔਰ ਦੇਖੋ ਵੇਖ ਬਰਾਤਾਂ ਚੱਲੀਆਂ 28 ਜੁਲਾਈ ਕੋ। ਲੋਟਸ ਆਫ ਲਵ, ਥੈਂਕ ਯੂ ਸੋ ਮਚ।